ਰਾਤਰੀਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਟੀਵੀ ਮਹਾ baron korman ਖਬਰਾਂ ਦੇ ਬ੍ਰਿਟਨਵਿਚ ਤੁਹਾਡਾ ਸਵਾਗਤ ਹੈ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ ਵਾਇਡਨ ਟਰੂਡੋ ਨੇ ਆਰਥਿਕ ਸਹਿਯੋਗ ਵਧਾਉਣ ਦੇ ਮੁੱਦਿਆਂ ਤੇ ਕੀਤੀ ਚਰਚਾ 30 ਤੋਂ 70000 ਡਾਲਰ ਦੇ ਕੇ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਭਾਰਤੀ ਕੈਨੇਡਾ ਦੇ ਹਵਾਈ ਅੱਡਿਆਂ ਤੇ ਭੀੜ ਭੜਕਾ ਅਗਸਤ ਤੱਕ ਰਹੇਗਾ ਜਾਰੀ ਪੰਜਾਬ ਤੋਂ ਦਿੱਲੀ 에ਰਪੋਰਟ ਲਈ 15 ਜੂਨ ਤੋਂ ਚੱਲਣਗੀਆਂ ਰੋਡ ਵੇਸ ਤੇ ਪੀਆਰਟੀਸੀ ਦੀਆਂ 19 ਵੋਲਵੋ ਅਮਰੀਕੀ ਜਲ ਸੈਨਾ ਦਾ ਜਹਾਜ਼ ਹੋਇਆ ਹਾਦਸਾ ਗ੍ਰਸਤ 4 ਦੀ ਮੌਤ ਤੇ ਹੁਣੀ ਨਾ ਖਬਰਾਂ ਦਾ ਵਿਸਥਾਰ ਅਮਰੀਕਾ ਦੇ ਰਾਸ਼ਟਰਪਤੀ ਜੋ ਵਾਈਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਹਾਲ ਹੀ ਵਿੱਚ ਲਾਸ ਐਂਜਲਸ ਵਿੱਚ ਹੋਏ ਸਿਖਰ ਸੰਮੇਲਨ ਵਿੱਚ ਬੈਠਕ ਹੋਈ ਜਿਸ ਵਿੱਚ ਉਹਨਾਂ ਨੇ ਦੋਵੇਂ ਦੇਸ਼ਾਂ ਵਿਚਾਲੇ ਆਰਥਿਕਤਾ ਅਤੇ ਸਪਲਾਈ ਨੂੰ ਵਧੇਰੇ ਲਚਕੀਲਾ ਬਣਾਉਣ ਅਤੇ ਮਹੱਤਮ ਪੂਰਨ ਖਣਿਜਾਂ ਦੇ ਸੰਭਾਵੀ ਵਿਕਾਸ ਬਾਰੇ ਚਰਚਾ ਕੀਤੀ। ਵਾਈਟ ਹਾਊਸ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਵੀਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਇਨ੍ਹਾਂ ਸਿਆਸਤਦਾਨਾਂ ਨੇ ਦੋਵਾਂ ਦੇਸ਼ਾਂ ਵਿੱਚ ਮੌਜੂਦਾ ਮਹੱਤਵਪੂਰਨ ਖਾਣੇਚ ਪਦਾਰਥਾਂ ਦੇ ਸੰਭਾਵਿਤ ਵਿਕਾਸ ਅਤੇ ਬਾਜ਼ੀ ਝਟਕਿਆਂ ਨਾਲ ਨਜਿੱਠਣ ਲਈ ਯੂਐਸ ਕੈਨੇਡੀਅਨ ਸਪਲਾਈ ਚੇਨ ਵਰਕਿੰਗ ਗਰੁੱਪ ਦੁਆਰਾ ਅਰਥਵਿਵਸਥਾ ਅਤੇ ਸਪਲਾਈ ਚੇਨ ਨੂੰ ਵਧੇਰੇ ਲਚਕੀਲਾ ਬਣਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਿਕਰਯੋਗ ਹੈ ਕਿ ਲਾਸ ਏਂਜਲਸ ਵਿੱਚ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਮਹਾਦੀਪਾਂ ਦੇ ਦੇਸ਼ਾਂ ਦਾ 9ਵਾਂ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਸੰਮੇਲਨ ਵਿੱਚ ਦਾਖਲ ਹੋਏ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਦਾ ਏਜੰਡਾ ਆਰਥਿਕ ਵਿਕਾਸ ਵਿੱਚ ਖੇਤਰੀ ਸਹਿਯੋਗ ਕਰੋਨਾ ਮਹਾਮਾਰੀ ਭੋਜਨ ਦੀ ਅਸੁਰੱਖਿਆ ਵਰਗੇ ਮੁੱਦਿਆਂ ਦੀ ਸਮੀਖਿਆ ਕਰਨਾ ਹੈ ਅਮਰੀਕਾ ਨੇ ਇੱਕ ਵੱਡੇ ਮਨੁੱਖੀ ਤਸਕਰੀ ਘਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਰਾਹੀਂ 30 ਤੋਂ 70000 ਡਾਲਰ ਲੈ ਕੇ ਭਾਰਤੀਆਂ ਨੂੰ ਅਮਰੀਕੀ ਸਰਹੱਦ ਟਪਾਈ ਜਾ ਰਹੀ ਸੀ ਕੈਨੇਡਾ ਸਰਹੱਦ ਰਾਹੀਂ ਅਮਰੀਕਾ ਵਿੱਚ ਨਜਾਇਜ਼ ਢੰਗ ਨਾਲ ਦਾਖਲ ਹੋਣ ਲਈ ਉੱਬਰ ਦੀ ਵਰਤੋਂ ਕੀਤੀ ਜਾ ਰਹੀ ਸੀ ਕੀ ਹੈ ਪੂਰਾ ਮਾਮਲਾ ਤੁਹਾਨੂੰ ਦੱਸ ਦਿਆਂ ਦਰਅਸਲ ਅਮਰੀਕਾ ਨੇ ਬੀਤੇ ਦਿਨੀ ਭਾਰਤੀ ਮੂਲ ਦੇ ਅਮਰੀਕੀ ਰਜਿੰਦਰਪਾਲ ਸਿੰਘ ਨੂੰ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ ਕੈਲੀਫੋਰਨੀਆ ਦੇ ਵਾਸੀ ਇਸ ਸ਼ਖਸ ਦੀ ਗ੍ਰਿਫਤਾਰੀ ਮਗਰੋਂ ਖੁਲਾਸਾ ਹੋਇਆ ਕਿ ਮਨੁੱਖੀ ਤਸਕਰੀਆਂ ਵੱਲੋਂ ਪ੍ਰਤੀ ਵਿਅਕਤੀ 30 ਤੋਂ 70 ਹਜ਼ਾਰ ਡਾਲਰ ਲੈ ਕੇ ਏਸ਼ੀਆ ਖਾਸ ਤੌਰ ਤੇ ਭਾਰਤ ਤੋਂ ਆ ਰਹੇ ਪ੍ਰਵਾਸੀਆਂ ਨੂੰ ਨਜਾਇਜ਼ ਢੰਗ ਨਾਲ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਣ ਵਿੱਚ ਮਦਦ ਕੀਤੀ ਜਾ ਰਹੀ ਹੈ। ਕੈਨੇਡਾ ਦੇ ਹਵਾਈ ਅੱਡਿਆਂ ਤੇ ਭੀੜ-ਪੜੱਕਾ ਅਗਸਤ ਮਹੀਨੇ ਤੋਂ ਪਹਿਲਾਂ ਖਤਮ ਹੁੰਦਾ ਮਹਿਸੂਸ ਨਹੀਂ ਹੋ ਰਿਹਾ ਹੈ ਅਤੇ ਆਉਣ ਜਾਣ ਵਾਲੇ ਮੁਸਾਫਰ ਆਮ ਨਾਲੋਂ 4 ਗੁਣਾ ਵੱਧ ਸਮਾਂ ਖਰਚ ਕਰਨ ਲਈ ਮਜਬੂਰ ਨੇ ਟ੍ਰਾਂਸਪੋਰਟ ਮੰਤਰੀ ਉਮਰ ਅਲਗਬਰਾ ਦਾ ਕਹਿਣਾ ਹੈ ਕਿ ਲੰਬੀਆਂ ਕਤਾਰਾਂ ਘਟਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਪਰ ਯਰ ਕੈਨੇਡਾ ਦੇ ਇੱਕ ਸਾਬਕਾ ਕਾਰਜਕਾਰੀ ਅਫਸਰ ਡੰਕਨ ਡੀ ਦਾ ਮੰਨਣਾ ਹੈ ਕਿ ਲੇਬਰ ਡੇ ਤੋਂ ਪਹਿਲਾਂ ਹਵਾਈ ਮੁਸਾਫਰਾਂ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਜੂਨ ਦੇ ਅੰਤ ਤੱਕ 490 ਸਕ੍ਰੀਨਿੰਗ ਅਫਸਰਾਂ ਦੀ ਤਣਾਤੀ ਬਾਰੇ ਡੰਕਨ ਡੀ ਨੇ ਆਖਿਆ ਕਿ ਇਸ ਨਾਲ ਬਹੁਤ ਫਰਕ ਨਹੀਂ ਪੈਣਾ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਨਵੀਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਜਲਦ ਹੀ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਰਾਹੀਂ ਸਿੱਧੀ ਯਾਤਰਾ ਕਰਨ ਲਈ ਰਾਹਤ ਦੇਣ ਜਾ ਰਹੀ ਹੈ 15 ਜੂਨ ਤੋਂ ਪੰਜਾਬ ਰੋਡਵੇਜ਼ ਅਤੇ ਪਪਤੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਰੋਜ਼ਾਨਾ 19 ਬੋਲਵੋ ਬੱਸਾਂ ਹਵਾਈ ਅੱਡੇ ਲਈ ਚਲਾਉਣਗੀਆਂ ਇਸ ਤਹਿਤ ਜਲੰਧਰ ਤੋਂ ਰੋਜ਼ਾਨਾ 6 ਬੱਸਾਂ ਚੰਡੀਗੜ੍ਹ ਤੋਂ 4 ਅੰਮ੍ਰਿਤਸਰ ਤੋਂ 3 ਪਟਿਆਲਾ ਤੋਂ 2 ਅਤੇ ਪਠਾਨਕੋਟ ਲੁਧਿਆਣਾ ਹੁਸ਼ਿਆਰਪੁਰ ਤੇ ਕਪੂਰਥਲਾ ਤੋਂ 1-1 ਬੱਸ ਹਵਾਈ ਅੱਡੇ ਲਈ ਜਾਏਗੀ। ਜਲੰਧਰ ਤੋਂ ਹਵਾਈ ਅੱਡੇ ਤੱਕ ਪ੍ਰਤੀ ਯਾਤਰੀ 1170 ਰੁਪਏ ਲੈ ਜਾਣਗੇ ਅਤੇ ਇਹ ਬੱਸਾਂ 8 ਘੰਟਿਆਂ ਵਿੱਚ ਦਿੱਲੀ ਹਵਾਈ ਅੱਡੇ ਤੇ ਪਹੁੰਚ ਜਾਂਦੀਆਂ। ਇਸ ਦੇ ਨਾਲ ਹੀ ਨਿੱਜੀ ਆਪਰੇਟਰਾਂ ਵੱਲੋਂ ਹਵਾਈ ਅੱਡੇ ਤੱਕ 2500 ਰੁਪਏ ਪ੍ਰਤੀ ਯਾਤਰੀ ਵਸੂਲੇ ਜਾਂਦੇ ਸੀ ਅਤੇ ਬੱਸਾਂ 10 ਤੋਂ 12 ਘੰਟਿਆਂ ਵਿੱਚ ਹਵਾਈ ਅੱਡੇ ਤੇ ਪਹੁੰਚ ਜਾਂਦੀਆਂ ਨੇ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 15 ਜੂਨ ਨੂੰ ਬਾਅਦ ਦੁਪਹਿਰ 1:15 ਦੇ ਕਰੀਬ ਜਲੰਧਰ ਦੇ ਸ਼ਹੀਦ ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟੋਮਨਲ ਤੋਂ ਦਿੱਲੀ 에어ਪੋਰਟ ਲਈ ਪਹਿਲੀ ਬਾਲਵੋ ਨੂੰ ਹਰੀ ਚੰਡੀ ਦੇ ਕੇ ਰਵਾਨਾ ਕਰਨਗੇ ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹਿਣਗੇ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਰੇਗਿਸਤਾਨ ਵਿੱਚ ਇੱਕ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਨਾਲ 4 ਜਲ ਸੈਨਿਕਾਂ ਦੀ ਮੌਤ ਹੋ ਗਈ ਹੈ ਤੇ ਇੱਕ ਹੋਰ ਲਾਪਤਾ ਹੈ ਫੌਜ ਦੇ ਇੱਕ ਅਧਿਕਾਰੀ ਨੇ ਹਾਦਸੇ ਦੇ ਇੱਕ ਦਿਨ ਬਾਅਦ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਐਮਬੀਬੀ ਉਸਪਰੇ ਜਹਾਜ਼ ਨੇ 5 ਜਲ ਸੈਨਿਕਾਂ ਨਾਲ ਬੁੱਧਵਾਰ ਨੂੰ ਗਲੇਮਸ ਨੇੜੇ ਐਮਪੀਰੀਅਲ ਕਾਉਂਟੀ ਦੇ ਇੱਕ ਖੇਤਰ ਤੋਂ ਉਡਾਣ ਭਰੀ ਸੀ ਸੈਂਡਾਗੋ ਤੇ ਗਲੇਮਸ 185 ਕਿਲੋਮੀਟਰ ਦੂਰ ਹੈ ਮੇਜਰ ਮੈਸਨ ਇੰਗਲਾਹਟ ਨੇ ਬੁੱਧਵਾਰ ਨੂੰ ਦੱਸਿਆ ਕਿ ਜਹਾਜ਼ ਸੈਨ ਡੀਏਗੋ ਵਿੱਚ ਮਰੀਨ ਕੋਰ 에ਅਰ ਸਟੇਸ਼ਨ ਮੀਰਾਮਰ ਦਾ ਸੀ ਐਮਬੀ22 ਬੁੱਧ ਹੋਰੇ ਇੰਜਣ ਵਾਲੇ ਜਹਾਜ਼ ਹੈ ਜੋ ਇੱਕ ਹੈਲੀਕਾਪਟਰ ਦੀ ਤਰ੍ਹਾਂ ਟੇਕ ਆਫ ਕਰ ਸਕਦਾ ਹੈ ਅਤੇ ਲੈਂਡ ਕਰ ਸਕਦਾ ਹੈ ਮਰੀਨ ਕੋਰ ਨੇਵੀ ਅਤੇ ਹਵਾਈ ਫੌਜ ਇਸ ਤਰ੍ਹਾਂ ਦੇ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ ਅਮਰੀਕਾ ਦੀ ਸੰਸਦ ਨੇ ਬਫੈਲੋ ਨਿਊਯਾਰਕ ਅਤੇ ਵਾਲਡੇ ਟੈਕਸਾਸ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੇ ਜਵਾਬ ਵਿੱਚ ਬੁੱਧਵਾਰ ਨੂੰ ਇੱਕ ਵਿਆਪਕ ਬੰਦੂਕ ਨਿਯੰਤਰਣ ਬਿੱਲ ਪਾਸ ਕਰ ਦਿੱਤਾ। ਇਸ ਬਿੱਲ ਵਿੱਚ ਅਰਧ ਆਟੋਮੈਟਿਕ ਰਾਈਫਲਾਂ ਦੀ ਖਰੀਦ ਲਈ ਉਮਰ ਸੀਮਾ ਵਧਾਉਣ ਅਤੇ 15 ਤੋਂ ਵੱਧ ਗੋਲੀਆਂ ਦੀ ਸਮਰੱਥਾ ਵਾਲੇ ਮੈਗਜ਼ੀਨਾਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੀ ਵਿਵਸਥਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਦੀ ਸੰਭਾਵਨਾ ਮਾ ਲਗਭਗ ਨਾ ਮੁਮਕਿਨ ਨਹੀਂ ਕਿਉਂਕਿ ਸੈਨੇਟ ਦਾ ਧਿਆਨ ਮਾਨਸਿਕ ਸਿਹਤ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਪਿਛੋਕੜ ਦੀ ਜਾਂਚ ਨੂੰ ਵਧਾਉਣ ਤੇ ਹੈ ਪਰ ਹਾਊਸ ਆਫ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੂੰ ਨਵੰਬਰ ਵਿੱਚ ਵੋਟਰਾਂ ਲਈ ਇੱਕ ਨੀਤੀ ਦਾ ਖਰੜਾ ਤਿਆਰ ਕਰਨ ਦਾ ਮੌਕਾ ਦੇਵੇਗਾ ਜਿੱਥੇ ਉਹ ਆਪਣੀਆਂ ਨੀਤੀਆਂ ਪੇਸ਼ ਕਰ ਸਕਦੇ ਨੇ ਸਦਨ ਦੀ ਇੱਕ ਕਮੇਟੀ ਵਿੱਚ ਹਾਲ ਹੀ ਵਿੱਚ ਗੋਲੀਬਾਰੀ ਦੇ ਪੀੜਤਾਂ ਤੇ ਪਰਿਵਾਰਕ ਮੈਂਬਰਾਂ ਦੇ ਦਿਲ ਦਹਿਲਾਉਣ ਵਾਲੀ ਗਵਾਹੀ ਤੋਂ ਬਾਅਦ ਬਿੱਲ ਪਾਸ ਕੀਤਾ ਗਿਆ ਹੈ ਗਵਾਹਾਂ ਵਿੱਚ ਇੱਕ 11 ਸਾਲਾਂ ਦੀ ਕੁੜੀ ਮੀਆ ਸ਼ਾਮਲ ਸੀ ਜਿਸ ਨੇ ਗੋਲੀ ਲੱਗਣ ਤੋਂ ਬਚਣ ਲਈ ovalde ਦੇ ਐਲੀਮੈਂਟਰੀ ਸਕੂਲ ਵਿੱਚ ਆਪਣੇ ਮਰੇ ਹੋਏ ਸਹਿਪਾਰਟੀ ਦਾ ਖੂਨ ਸਰੀਰ ਤੇ ਲਗਾ ਲਿਆ ਸੀ ਸਦਨ ਦੀ ਨੇਤਾ ਐਨਸੀ ਪੈਲੋਸੀ ਨੇ ਕਿਹਾ ਕਿ ਕਿਣਾਉਣਾ ਹੈ ਕਿ ਸਾਡੇ ਬੱਚਿਆਂ ਨੂੰ ਲਗਾਤਾਰ ਡਰ ਦੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹਾਲੇ ਇਹ ਸਪਸ਼ਟ ਨਹੀਂ ਹੈ ਕਿ ਬਿੱਲ ਸੈਨੇਟ ਵਿੱਚ ਜਾਵੇਗਾ ਜਾਂ ਨਹੀਂ ਰਿਪਬਲਿਕਨ ਆਪਣੇ ਵਿਰੋਧ ਤੇ ਅੜੇ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰਨ ਜੀਨ ਪਿਆਰੇ ਨੇ ਸਦਨ ਦੇ ਬਿੱਲ ਦੀ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤਾ ਕਿ ਅਸੀਂ ਜਾਨਾਂ ਬਚਾਉਣ ਅਤੇ ਪਰਿਵਾਰਾਂ ਲਈ ਏਕਤਾ ਜ਼ਾਹਿਰ ਕਰਨ ਲਈ ਦੋਵਾਂ ਧਿਰਾਂ ਨਾਲ ਸਖਤ ਮਿਹਨਤ ਕਰਨਾ ਜਾਰੀ ਰੱਖਾਂਗੇ ਅਮਰੀਕੀ ਜਾਂਚ ਏਜੰਸੀ ਨੇ ਖਾੜੀ ਦੇਸ਼ਾਂ ਲਈ ਗੈਰ ਕਾਨੂੰਨੀ ਤਰੀਕੇ ਨਾਲ ਲਾਬਿੰਗ ਮਹਿੰਮ ਚਲਾਉਣ ਦੇ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸੰਬੰਧ ਵਿੱਚ ਦੋਸ਼ੀ ਸੇਵਾ ਮੁਕਤ ਜਰਨਲ ਦੀ ਅਪਰਾਧ ਵਿੱਚ ਸ਼ਮੂਲੀਅਤ ਨਾਲ ਜੁੜੇ ਦਸਤਾਵੇਜ਼ ਜ਼ਬਤ ਕੀਤੇ ਨੇ ਅਧਿਕਾਰੀ ਤੇ ਅਧਿਕਾਰੀ ਦੀ ਵਰਤੋਂ ਕਰ ਝੂਠਾ ਬਿਆਨ ਦੇਣ ਦਾ ਵੀ ਦੋਸ਼ ਹੈ ਸੰਘੀ ਅਦਾਲਤ ਵਿੱਚ জমা ਦਸਤਾਵੇਜ਼ ਮੁਤਾਬਕ ਸਾਬਕਾ ਮਰੀਨ ਜਰਨਲ ਜੌਨ ਆਰ ਐਲਨ ਦੇ ਖਿਲਾਫ ਸੰਭਾਵਿਤ ਤੌਰ ਤੇ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ ਇਹ ਦਸਤਾਵੇਜ਼ ਮੰਗਲਵਾਰ ਨੂੰ ਜਨਤਕ ਕੀਤੇ ਗਏ ਵਰਣਨਯੋਗ ਹੈ ਕਿ 2017 ਦੇ ਸਾਲ ਵਿੱਚ ਪ੍ਰਭਾਵਸ਼ਾਲੀ ਬਰੂਕਲਿਨ ਇੰਸਟੀਚਿਊਟ ਦੇ ਟੈਪ ਲੀਕ ਹੋਣ ਤੋਂ ਪਹਿਲਾਂ ਐਲਨ ਅਫਗਾਨਿਸਤਾਨ ਵਿੱਚ ਅਮਰੀਕੀ ਅਤੇ ਨਾਟੋ ਫੌਜ ਦੀ ਅਗਵਾਈ ਕਰ ਰਹੇ ਸਨ ਇਸ ਜਾਂਚ ਦੇ ਅਨੁਸਾਰ ਸੰਯੁਕਤ ਅਰਬ ਮਿਰਤ ਅਤੇ ਪਾਕਿਸਤਾਨ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਦੂਤ ਰੀਚਰਡ ਜੀ ਆਲਸਨ ਨੂੰ ਲਾਲਚ ਦਿੱਤਾ ਗਿਆ ਜਿਨ੍ਹਾਂ ਨੂੰ ਪਿਛਲੇ ਹਫਤੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਇਸ ਦੇ ਨਾਲ ਹੀ ਸਿਆਸੀ ਦਾਨੀ ਇਮਾਦ ਜ਼ੁਬੈਰੀ ਨੂੰ ਵੀ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ 12 ਸਾਲ ਕੈਦੀ ਸਜ਼ਾ ਸੁਣਾਈ ਗਈ ਹੈ ਜਾਂਚ ਵਜੋਂ ਕਾਂਗਰਸ ਦੇ ਕਈ ਮੈਂਬਰਾਂ ਤੋਂ ਵੀ ਪੁਸ਼ਕਿਸ਼ ਕੀਤੀ ਗਈ ਅਦਾਲਤ ਦੇ ਦਸਤਾਵੇਜ਼ ਅਨੁਸਾਰ ਐਲਨ ਪਰਦੇ ਦੇ ਪਿੱਛੇ ਤੋਂ ਸਾਲ 2017 ਵਿੱਚ ਅਮਰੀਕਾ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਲਈ ਮਦਦ ਕਰ ਰਹੇ ਸਨ ਉਦੋਂ ਕਤਰ ਦੇ ਸ਼ਾਹੀ ਪਰਿਵਾਰ ਅਤੇ ਖਾੜੀ ਦੇ ਦੋ ਹੋਰ ਦੇਸ਼ਾਂ ਵਿਚਕਾਰ ਕੂਟਨੀਤਕ ਸੰਕਟ ਪੈਦਾ ਹੋ ਗਿਆ ਸੀ FBI ਦੇ ਏਜੰਟ ਬ ਾਕ ادیਬ ਨੇ ਵਿਦੇਸ਼ੀ ਏਜੰਟਾ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਜਾਰੀ ਕੀਤੇ ਗਏ ਸਰਚ ਵਾਰੰਟ ਤੇ ਲਿਖਿਆ ਇਹਨਾਂ ਨਿਯਮਾਂ ਦੀ ਜਾਣਬੁੱਝ ਉਲੰਘਣਾ ਕਰਨ ਦੇ ਮਜ਼ਬੂਤ ਸਬੂਤ ਨੇ ਅਮਰੀਕਾ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਵਿਰੋਧੀ ਵੈਕਸੀਨ ਦੇਣ ਦੀ ਸੰਭਾਵਨਾਵਾਂ ਦੇ ਵਿਚਕਾਰ ਲੱਖਾਂ ਖੁਰਾਕਾਂ ਦੀ ਸਪਲਾਈ ਦਾ ਆਦੇਸ਼ ਦਿੱਤਾ ਗਿਆ ਹੈ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਸਰਕਾਰ ਨੇ ਪਿਛਲੇ ਹਫਤੇ ਡਰੱਗ ਸਟੋਰਾਂ ਅਤੇ ਰਾਜਾਂ ਨੂੰ ਵੈਕਸੀਨ ਲਈ ਆਰਡਰ ਦੇਣ ਦੀ ਆਗਿਆ ਦਿੱਤੀ ਸੀ ਵਾਈਡਨ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਤੌਰ ਤੇ 50 ਲੱਖ ਖੁਰਾਕਾਂ ਉਪਲਬਧ ਕਰਵਾਈਆਂ ਜਾਣਗੀਆਂ ਇਹਨਾਂ ਵਿੱਚੋਂ ਅੱਧੀਆਂ ਖੁਰਾਕਾਂ ਦਾ ਨਿਰਮਾਣ ਫਾਈਜ਼ਰ ਦੁਆਰਾ ਕੀਤਾ ਜਾਏਗਾ ਤੇ ਬਾਕੀ ਸਪਲਾਈ ਮੋਡਰਨਾ ਦੁਆਰਾ ਕੀਤੀ ਜਾਏਗੀ ਇਸ ਹਫਤੇ ਤੱਕ ਫਾਈਜ਼ਰ ਦੀਆਂ 25 ਲੱਖ ਉਪਲਬਧ ਖੁਰਾਕਾਂ ਵਿੱਚੋਂ 14.5 ਲੱਖ ਖੁਰਾਕਾਂ ਅਤੇ ਮੋਡਰਨਾ ਲਈ 8 ਲੱਖ ਖੁਰਾਕਾਂ ਲਈ ਆਰਡਰ ਦਿੱਤੇ ਗਏ ਆਉਣ ਵਾਲੇ ਦਿਨਾਂ ਵਿੱਚ ਹੋਰ ਸਪਲਾਈ ਆਰਡਰ ਕੀਤੀ ਜਾਏਗੀ ਸੰਯੁਕਤ ਰਾਜ ਵਿੱਚ ਬੱਚਿਆਂ ਨੂੰ ਛੱਡ ਕੇ ਸਾਰੇ ਉਮਰ ਸਮੂਹਾਂ ਲਈ ਟੀਕਾ ਕਰਨ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਜੇਕਰ ਸਰਕਾਰ ਇੱਕ ਜਾਂ ਦੋਵੇਂ ਖੁਰਾਕਾਂ ਦੀ ਆਗਿਆ ਦਿੰਦੀ ਹੈ ਤਾਂ ਦੇਸ਼ ਵਿੱਚ 5 ਸਾਲ ਤੋਂ ਘੱਟ ਉਮਰ ਦੇ ਲਗਭਗ 2 ਕਰੋੜ ਬੱਚੇ ਟੀਕਾ ਕਰਨ ਦੇ ਯੋਗ ਹੋਣਗੇ ਇਹ ਅਜੇ ਸਪਸ਼ਟ ਨਹੀਂ ਹੈ ਕਿ ਬੱਚਿਆਂ ਨੂੰ ਇਹ ਖੁਰਾਕ ਕਦੋਂ ਦਿੱਤੀ ਜਾਏਗੀ ਇੱਕ ਤਾਜ਼ਾ ਸਰਵੇਖਣ ਨੇ ਸੰਕੇਤ ਦਿੱਤਾ ਹੈ ਕਿ ਪੰਜ ਵਿੱਚੋਂ ਕੇਵਲ ਇੱਕ ਮਾਪੇ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣਗੇ ਵਾਈਟ ਹਾਊਸ ਕੋਵਿਡ-19 ਦੇ ਕੋਆਰਡੀਨੇਟਰ ਡਾਕਟਰ ਆਸ਼ੀਸ਼ ਝਾਣ ਨੇ ਪਿਛਲੇ ਹਫ਼ਤੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਟੀਕਾਕਰਨ 21 ਜੂਨ ਤੋਂ ਸ਼ੁਰੂ ਹੋ ਜਾਣਾ ਚਾਹੀਦਾ ਹੈ ਅਮਰੀਕਾ ਵਿੱਚ 6 ਜਨਵਰੀ 2021 ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਸਮਰਥਕਾਂ ਦੁਆਰਾ ਹਮਲੇ ਦੇ ਮਾਮਲੇ ਵਿੱਚ ਵੀਰਵਾਰ ਨੂੰ ਯੂਐਸ ਕੈਪੀਟਲ ਵਿੱਚ ਸੁਣਵਾਈ ਹੋਈ। ਇਸ ਨੂੰ 2020 ਦੀਆਂ ਚੋਣਾਂ ਵਿੱਚ 트੍ਰੰਪ ਦੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਮੰਨਿਆ ਜਾ ਰਿਹਾ ਸੀ। ਅਮਰੀਕੀ ਸੰਸਦ ਦੇ ਬਾਹਰ ਇਤਿਹਾਸਕ ਪ੍ਰਦਰਸ਼ਨ ਅਤੇ ਹਿੰਸਾ ਹੋਈ। 트੍ਰੰਪ ਦੀ ਤੀ ਇਵਾਂਕਾ ਨੇ ਮਾਮਲੇ ਦੀ ਸੁਣਵਾਈ ਕਰ ਰਹੀ ਅਮਰੀਕੀ ਸੰਸਦ ਦੀ ਕਮੇਟੀ ਦੇ ਸਾਹਮਣੇ ਆਪਣੀ ਗਵਾਹੀ ਵਿੱਚ ਚੂਣ ਧੋਖਾ ਧੜੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਅਮਰੀਕੀ ਸੰਸਦ ਦੇ ਹਿੰਟਲੇ ਸਦਨ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਸਿਲੈਕਟ ਕਮੇਟੀ ਨੇ 6 ਜਨਵਰੀ 2021 ਦੇ ਦੰਗਿਆਂ ਦੀ ਜਾਂਚ ਕੀਤੀ ਹੈ ਸੁਣਵਾਏ ਦੌਰਾਨ ਉਸਨੇ ਗਵਾਹਾਂ ਨੂੰ ਹਮਲੇ ਵਿੱਚ ਸੈਂਕੜੇ ਦੰਗਾਕਾਰੀਆਂ ਦੀ ਗ੍ਰਾਫਿਕ ਫੁਟੇਜ ਵੀ ਦਿਖਾਈ ਦੰਗਾਕਾਰੀ ਪੁਲਿਸ ਤੇ ਹਮਲਾ ਕਰਦੇ ਹੋਏ ਕੈਪੀਟਲ ਵਿੱਚ ਦਾਖਲ ਹੋਏ ਸਨ ਕਮੇਟੀ ਇਸ ਮਾਮਲੇ ਵਿੱਚ ਹੁਣ ਤੱਕ 6 ਸੁਣਵਾਈਆਂ ਕਰ ਚੁੱਕੀ ਹੈ ਉਸ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਬਕਾ ਰਾਸ਼ਟਰਪਤੀ 트ੰਪ ਨੇ ਅਮਰੀਕੀ ਸੰਵਿਧਾਨ ਦੀ ਉਲੰਘਣਾ ਕੀਤੀ ਅਤੇ ਗੈਰ ਕਾਨੂੰਨੀ ਢੰਗ ਨਾਲ ਸੱਤਾ ਸੰਭਾਲਣ ਦੀ ਕੋਸ਼ਿਸ਼ ਕੀਤੀ ਇਵਾਂਕਾ ਨੇ ਆਪਣੀ ਗਵਾਹੀ ਵਿੱਚ ਕਿਹਾ ਮੈਂ ਅਟਾਰਨੀ ਜਰਨਲ ਬਾਰ ਦਾ ਸਨਮਾਨ ਕਰਦੀ ਹਾਂ ਮੈਂ ਸੁਣਿਆ ਹੈ ਕਿ ਉਹ ਕੀ ਕਹਿ ਰਿਹਾ ਸੀ ਪਰ ਉਸਤੇ ਪਤਾ ਵਿਰੁੱਧ ਲਗਾਏ ਗਏ ਚੋਣ ਤਾੰਦਲੀ ਦੇ ਦਾਅਵੇ ਝੂਠੇ ਨੇ ਸੁਣਵਾਈ ਦੌਰਾਨ ਇਵਾਂਕਾ ਟਰੰਪ ਅਤੇ ਉਹਨਾਂ ਦੇ ਪਤੀ ਜੈਰੇਡ ਕੁਸ਼ਨਰ ਤਤਕਾਲੀ ਉਪ ਰਾਸ਼ਟਰਪਤੀ ਮਾਈਕ ਪੇਨਸ ਅਤੇ ਉਹਨਾਂ ਦੇ ਚੀਫ ਆਫ ਸਟਾਫ ਅਚੌਰ ਨੇ ਜਰਨਲ ਵਿਲੀਅਮ ਬਾਰ ਜਰਨਲ ਮਾਰਕ ਸਮੀਤ ਤਤਕਾਲੀ ਟਰੰਪ ਸਰਕਾਰ ਦੇ ਪ੍ਰਮੁੱਖ ਅਧਿਕਾਰੀਆਂ ਦੀਆਂ ਗਵਾਹੀਆਂ ਅਤੇ ਜਨਤਕ ਬਿਆਨਾਂ ਦੇ ਵੀਡੀਓ ਪੇਸ਼ ਕੀਤੇ ਗਏ ਸਨ ਵੀਡੀਓ ਵਿੱਚ ਟਰੰਪ ਉਸ ਸਮੇਂ ਜੋ ਵਾਈਡਨ ਦੀ ਜਿੱਤ ਦੇ ਸਰਟੀਫਿਕੇਟ ਤੇ ਮੋਹਰ ਲਗਾ ਰਹੇ ਪੇਂਜ ਤੇ ਹਮਲੇ ਦੇ ਲਾਇਬ ਬਿਅਕਸਾਉਂਦੇ ਪ੍ਰਤੀਤ ਹੋ ਰਹੇ ਹਨ ਮੌਨਕੀ ਪੌਕਸ ਦੀ ਲਾਗ ਵਿੱਚ ਵਾਦੇ ਦੇ ਵਿਚਕਾਰ ਵਿਸ਼ਪ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਨੇ ਬੋਧਵਾਰ ਨੂੰ ਇੱਕ ਸੰਬੋਧਨ ਵਿੱਚ ਪ੍ਰਭਾਵਿਤ ਦੇਸ਼ਾਂ ਨੂੰ ਪਰਕੋਪ ਨੂੰ ਕੰਟਰੋਲ ਕਰਨ ਲਈ ਸਾਰੇ ਮਾਮਲਿਆਂ ਤੇ ਸੰਪਰਕਾਂ ਦੀ ਪਛਾਣ ਕਰਨ ਦੀ ਅਪੀਲ ਕੀਤੀ ਵਿਸ਼ਵ ਸਿਹਤ ਸੰਗਠਨ ਸਮੇਤ ਦੁਨੀਆ ਭਰ ਦੀਆਂ ਪ੍ਰਮੁੱਖ ਸਿਹਤ ਸੰਸਥਾਵਾਂ ਨੇ ਮੰਕੀ ਪੌਕਸ ਦੇ ਵਧਦੇ ਮਾਮਲਿਆਂ ਤੇ ਚਿੰਤਾ ਪ੍ਰਗਟਾਈ ਹੈ ਡਬਲਯੂਐਚਓ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਮੰਕੀ ਪੌਕਸ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਟੈਡਰੋਸ ਨੇ ਟਵੀਟ ਕੀਤਾ 29 ਦੇਸ਼ਾਂ ਵਿੱਚ ਮੰਕੀ ਪੌਕਸ ਦੇ 1000 ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਜਿੱਥੇ ਬਿਮਾਰੀ ਸਥਾਨਕ ਨਹੀਂ ਹੈ ਇਨ੍ਹਾਂ ਦੇਸ਼ਾਂ ਵਿੱਚ ਹੁਣ ਤੱਕ ਕੋਈ ਮੌਤ ਨਹੀਂ ਹੋਈ ਹੈ ਵਿਸ਼ਵ ਸਿਹਤ ਸੰਗਠਨ ਪ੍ਰਭਾਵਿਤ ਦੇਸ਼ਾਂ ਨੂੰ ਪਰਕੋਪ ਨੂੰ ਕੰਟਰੋਲ ਕਰਨ ਅਤੇ ਹੋਰ ਫੈਲਣ ਤੋਂ ਰੋਕਣ ਦੇ ਲਈ ਸਾਰੇ ਮਾਮਲਿਆਂ ਅਤੇ ਸੰਪਰਕਾਂ ਦੀ ਪਛਾਣ ਕਰਨ ਦੀ ਅਪੀਲ ਕਰਦਾ ਹੈ ਬਿਮਾਰੀ ਦੇ ਹੋਰ ਫੈਲਣ ਨੂੰ ਰੋਕਣ ਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ ਕਿ ਹਾਲਾਂਕਿ ਅਜੇ ਤੱਕ ਕਿਸੇ ਮੌਤ ਦੀ ਰਿਪੋਰਟ ਨਹੀਂ ਹੋਈ ਪਰ ਗੈਰ ਮਹਾਮਾਰੂ ਦੇਸ਼ਾਂ ਵਿੱਚ ਮੰਕੀ ਪੋਕਸ ਸਥਾਪਿਤ ਹੋਣ ਦਾ ਖਤਰਾ ਅਸਲ ਹੈ ਟੀਕਿਆਂ ਬਾਰੇ ਬੋਲਦਿਆਂ ਟੈਡਰੋਸ ਨੇ ਕਿਹਾ ਮੰਕੀ ਪੌਕਸ ਲਈ ਐਂਟੀਵਾਇਰਲ ਤੇ ਟੀਕੇ ਮਨਜ਼ੂਰ ਨੇ ਪਰ ਇਸ ਸੀਮਤ ਸਪਲਾਈ ਵਿੱਚ ਨੇ ਉਹਨਾਂ ਨੇ ਅੱਗੇ ਕਿਹਾ ਕਿ ਡਬਲਯੂ ਐਚਓ ਜਨਤਕ ਸਿਹਤ ਜ਼ਰੂਰਤਾਂ ਦੇ ਆਧਾਰ ਤੇ ਇੱਕ ਤਾਲਮੇਲ ਵਿਧੀ ਵਿਕਸਿਤ ਕਰਨ ਤੇ ਕੰਮ ਕਰ ਰਿਹਾ ਹੈ ਅਤੇ ਵੱਡੇ ਪੱਧਰ ਤੇ ਟੀਕਾਕਰਨ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਇਹ ਬਿਮਾਰੀ 29 ਦੇਸ਼ਾਂ ਵਿੱਚ ਫੈਲੀ ਹੈ ਚੀਨ ਨੇ ਪੂਰਬੀ ਲਦਾਖ ਵਿੱਚ ਬੁਨਿਆਦੀ ਢਾਂਚੇ ਦੀ ਉਸਾਰੀ ਨੂੰ ਲੈ ਕੇ ਮਾਰਕੀ ਫੌਜ ਦੇ ਸਿਖਰਲੇ ਜਰਨੈਲ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਘਰੇੜਨਾ ਯੋਗ ਕਾਰਵਾਈ ਘਰਾੜ ਦਿੱਤਾ ਹੈ ਚੀਨ ਨੇ ਕੁਝ ਅਮਰੀਕੀ ਅਧਿਕਾਰੀਆਂ ਵੱਲੋਂ ਅੱਗ ਵਿੱਚ ਕਿਉਂ ਪਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਨੁਕਤਾਚੀਨੀ ਕੀਤੀ ਚੀਨ ਨੇ ਜ਼ੋਰ ਦੇ ਕੇ ਆਖਿਆ ਕਿ ਪੈਕਿੰਗ ਤੇ ਨਵੀਂ ਦਿੱਲੀ ਆਪਣੇ ਵਖਰੇਵਿਆਂ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੇ ਸਮਰੱਥ ਤੇ ਇੱਛਾ ਸ਼ਕਤੀ ਰੱਖਦੇ ਨੇ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜ਼ਿਆਨ ਇੱਥੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦੇ ਰਹੇ ਸਨ ਕਾਬਿਲ ਗੌਰ ਹੈ ਕਿ ਭਾਰਤ ਦੌਰੇ ਤੇ ਆਏ ਅਮਰੀਕੀ ਫੌਜ ਦੇ ਪੈਸਿਫਿਕ ਕਮਾਂਡ ਦੇ ਜਰਨਲ ਚਾਰਲਸ ਏਫ ਐਨ ਨੇ ਪੂਰਬੀ ਲਦਾਖ ਵਿੱਚ ਚੀਨ ਵੱਲੋਂ ਕੀਤੀ ਜਾ ਰਹੀ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਹਵਾਲੇ ਨਾਲ ਹਾਲਾਤ ਨੂੰ ਚਿੰਤਾਜਨਕ ਦੱਸਿਆ ਸੀ ਜ਼ਾਓ ਨੇ ਕਿਹਾ ਕਿ ਕੁਝ ਅਮਰੀਕੀ ਅਧਿਕਾਰੀ ਆਗ ਨੂੰ ਹਵਾ ਦੇਣ ਤੇ ਉੰਗੜ ਚੁੱਕਣ ਦਾ ਕੰਮ ਕਰ ਰਹੇ ਨੇ ਇੱਕ ਰਿੰਡਾ ਯੋ ਕਾਰਵਾਈ ਹੈ ਅਸੀਂ ਆਸ ਕਰਦੇ ਹਾਂ ਕਿ ਉਹ ਖੇਤਰੀ ਅਮਨ ਤੇ ਸਥਿਰਤਾ ਲਈ ਵਧੇਰੇ ਯੋਗਦਾਨ ਪਾਉਣਗੇ ਅਮਰੀਕੀ ਰਾਜ ਮੈਰੀਲੈਂਡ ਦੇ ਸਮਿਥਸਵਰਗ ਵਿੱਚ ਇੱਕ ਮਸ਼ੀਨ ਪਲਾਂਟ ਵਿੱਚ ਹੋਈ ਗੋਲੀਬਾਰੀ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਵਾਸ਼ਿੰਗਟਨ ਕਾਉਂਟੀ ਸ਼ਰੀਫ ਦੇ ਦਫ਼ਤਰ ਮੁਤਾਬਕ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 2:30 ਵਜੇ ਵਾਪਰੀ ਸੀਬੀਐਸ ਨਿਊਜ਼ ਦੇ ਅਨੁਸਾਰ ਸ਼ੱਕੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਬਾਅਦ ਵਿੱਚ ਸਥਾਨਕ ਪੁਲਿਸ ਨੇ ਉਸ ਨੂੰ ਟਰੇਸ ਕਰ ਲਿਆ ਇਸ ਤਰ੍ਹਾਂ ਉਸ ਦੇ ਸੁਰੱਖਿਆ ਬਲ ਦੇ ਜਵਾਨ ਨਾਲ ਇਹ ਮੁੱਠਪੇੜ ਹੋਈ ਉਸ ਦੀ ਗੱਡੀ ਵਿੱਚ ਇੱਕ ਅਰਥ ਆਟੋਮੈਟਿਕ ਪਿਸਤੌਲ ਬਰਾਮਦ ਹੋਈ ਹੈ ਸ਼ੱਕੀ ਦੀ ਪਛਾਣ 23 ਸਾਲਾ ਮੁਲੇਨ ਡੋਰ ਵਜੋਂ ਹੋਈ ਹੈ ਜੋ ਕਿ ਪੱਛਮੀ ਵਰਜੀਨੀਆਂ ਦਾ ਰਹਿਣ ਵਾਲਾ ਹੈ ਜੋ ਮੋਲ ਰੂਪ ਤੋਂ ਲਾਤੀਨੀ ਅਮਰੀਕਾ ਦਾ ਰਹਿਣ ਵਾਲਾ ਹੈ ਉਹ ਵਰਤਮਾਨ ਵਿੱਚ ਕੋਲੰਬੀਆ ਮਸ਼ੀਨ ਇੱਕ ਨਾਮਕ ਇਸ ਨਿਰਮਾਣ ਪਲਾਂਟ ਵਿੱਚ ਕੰਮ ਕਰਦਾ ਸੀ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪੀਟਲ ਪੇਸ਼ ਦਿੱਤਾ ਗਿਆ ਉਸ ਦੇ ਖਿਲਾਫ ਦੋਸ਼ ਤੈਅ ਕੀਤੇ ਜਾਣੇ ਬਾਕੀ ਨੇ ਉਨ੍ਹਾਂ ਨੇ ਅਜੇ ਹਾ ਕਿਸ ਮਕਸਦ ਲਈ ਕੀਤਾ ਫਲहाल ਇਹ ਪਤਾ ਨਹੀਂ ਲੱਗ ਸਕਿਆ ਹੈ ਗੋਲੀਬਾਰੀ ਵਿੱਚ ਮਾਰੇ ਗਏ ਤਿੰਨ ਲੋਕਾਂ ਦੀ ਪਛਾਣ ਚਾਰਲਸ ਐਡਵਰਡ ਮਿਨਿਕ ਜੂਨੀਅਰ ਜਸ਼ੂਆ ਰਾਬਰਟ ਵੈਲੇ ਅਤੇ ਮਾਰਕ ਐਲਨ ਫਰੇ ਵਜੋਂ ਹੋਈ ਹੈ ਸਮਿਥਵਰਗ ਵਾਸ਼ਿੰਗਟਨ ਡੀਸੀ ਇਹ ਉੱਤਰ ਪੱਛਮ ਤੋਂ ਲਗਭਗ 110 ਕਿਲੋਮੀਟਰ ਦੂਰ ਹੈ ਜਦੋਂ ਤੋਂ ਰੂਸ ਨੇ 24 ਫਰਵਰੀ ਨੂੰ ਯੂਕਰੇਨ ਤੇ ਆਪਣਾ ਹਮਲਾ ਕੀਤਾ ਹੈ ਯੂਕਰੇਨੀ ਹਵਾਈ ਫੌਜ ਨੇ ਰੂਸੀ ਟਿਕਾਣਿਆਂ ਤੇ 1100 ਤੋਂ ਜ਼ਿਆਦਾ ਹਮਲੇ ਕੀਤੇ ਨੇ ਇੱਕ ਬਿਆਨ ਵਿੱਚ ਹਵਾਈ ਫੌਜ ਕਮਾਂਡ ਨੇ ਕਿਹਾ ਹੈ ਕਿ ਅੱਜ ਤੱਕ ਰੂਸੀ ਕਬਜ਼ੇ ਵਾਲੇ ਉਪਕਰਨਾ ਮੋਰਚਿਆਂ ਨਫਰਰੀ ਅਤੇ ਰਸਦ ਕੇਂਦਰਾਂ ਤੇ ਹਵਾਈ ਹਮਲੇ ਕੀਤੇ ਗਏ ਨੇ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਯੂਕਰੇਨੀ ਹਵਾਈ ਫੌਜ ਦੇ ਜਹਾਜ਼ ਨੇ ਰੂਸੀ ਫੌਜ ਖਿਲਾਫ ਮਜ਼ਾਇਲ ਅਤੇ ਬੰਬ ਹਮਲੇ ਤੇ ਜਿਸ ਵਿੱਚ ਘੱਟ ਤੋਂ ਘੱਟ 10 ਵਕਤਰਬੰਦ ਵਾਹਨ ਨਸ਼ਟ ਹੋ ਗਏ ਤੇ ਲਗਭਗ 2 ਦਰਜਨ ਰੂਸੀ ਫੌਜੀ ਮਾਰੇ ਗਏ ਇਸ ਤੋਂ ਇਲਾਵਾ ਹਵਾਈ ਫੌਜ ਦੀ ਐਂਟੀ 에ਅਰ ਕ੍ਰਾਫਟ ਮਜ਼ਾਇਲ ਇਕਾਈਆਂ ਨੇ 2 ਉਡਲਾਂ 10 ਮਨੁੱਖੀ ਰਹਿਤ ਹਵਾਈ ਵਾਹਨਾਂ ਨੂੰ ਮਾਰ ਸੁੱਟਿਆ ਤੇ 7 ਹੋਰ ਯੂਏਵੀ ਨੂੰ ਫੌਜੀ ਬਲਾਂ ਦੀ ਹਵਾਈ ਰੱਖਿਆ ਨੇ ਨਸ਼ਟ ਕਰ ਦਿੱਤਾ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਹਮਲੇ ਵਿੱਚ ਜਹਾਜ਼ਾਂ ਨੇ ਲਗਭਗ 8 ਉਪਕਰਣ ਅਤੇ ਰੂਸੀ ਫੌਜ ਦਾ ਗੋਲਾ ਬਰੂਧ ਡਿਪੂ ਨਸ਼ਟ ਕਰ ਦਿੱਤਾ ਉਧਰ ਯੂਕਰੇਨ ਦੇ ਰਾਸ਼ਟਰਪਤੀ ਬਲੋਦਮੀਰ ਜ਼ੇਲੈਂਸਕੀ ਨੇ ਕਿਹਾ ਕਿ ਰੂਸ ਜੰਗ ਖਤਮ ਕਰਨ ਲਈ ਬਾਲਬਾਤ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਹੁਣ ਖੁਦ ਨੂੰ ਤਾਕਤਵਰ ਸਮਝਦਾ ਹੈ ਜ਼ੇਲੈਂਸਕੀ ਨੇ ਅਮਰੀਕਾ ਦੇ ਉਦਯੋਗਿਕ ਨੇਤਾਵਾਂ ਨੂੰ ਕਿਹਾ ਕਿ ਸਾਨੂੰ ਰੂਸ ਨੂੰ ਕਮਜ਼ੋਰ ਕਰਨਾ ਹੋਵੇਗਾ ਅਤੇ ਇਹ ਕੰਮ ਦੁਨੀਆ ਨੂੰ ਕਰਨਾ ਹੋਵੇਗਾ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਜੰਗ ਦੇ ਮੈਦਾਨ ਵਿੱਚ ਆਪਣਾ ਕੰਮ ਕਰ ਰਿਹਾ ਹੈ ਰੂਸ ਦੀ ਸਭ ਤੋਂ ਵੱਡੀ ਔਇਲ ਨਰਮਾਤਾ ਕੰਪਨੀ ਰੋਸਨੇਫਟ ਨੇ ਭਾਰਤ ਨੂੰ ਦੋ ਸਰਕਾਰੀ ਤੇਲ ਕੰਪਨੀਆਂ ਨਾਲ ਕੱਚੇ ਤੇਲ ਦੀ ਡੀਲ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਰਾਸ ਨੇਫ ਪਹਿਲਾਂ ਹੀ ਕੁਝ ਹੋਰ ਗਾਹਕਾਂ ਨਾਲ ਤੇਲ ਸਪਲਾਈ ਦੀ ਡੀਲ ਕਰ ਚੁੱਕਾ ਹੈ ਇਸ ਤੋਂ ਬਾਅਦ ਉਸ ਕੋਲ ਭਾਰਤੀ ਕੰਪਨੀਆਂ ਦੇਣ ਲਈ ਤੇਲ ਨਹੀਂ ਬਚਿਆ ਯੂਕਰੇਨ ਦੇ ਹਮਲੇ ਕਾਰਨ ਪੱਛਮੀ ਦੇਸ਼ਾਂ ਨੇ ਰੂਸ ਦੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਸਨ ਇਸ ਤੋਂ ਬਾਅਦ ਭਾਰਤੀ ਕੰਪਨੀਆਂ ਰੂਸ ਤੋਂ ਸਸਤਾ ਤੇਲ ਖਰੀਦਣ ਦੀ ਕੋਸ਼ਿਸ਼ ਕਰ ਰਹੀਆਂ ਨੇ ਹਾਲਾਂਕਿ ਇਸ ਨਾਲ ਇੱਕ ਗੱਲ ਹੋਰ ਸਪਸ਼ਟ ਹੁੰਦੀ ਹੈ ਕਿ ਰੂਸ ਕਈ ਪਾਬੰਦੀਆਂ ਦੇ ਬਾਵਜੂਦ ਕਈ ਦੇਸ਼ਾਂ ਨੂੰ ਤੇਲ ਵੇਚ ਰਿਹਾ ਹੈ ਰਿਪੋਰਟ ਮੁਤਾਬਕ ਰੂਸ ਨਾਲ ਡੀਲ ਨਾ ਹੋਣ ਤੇ ਭਾਰਤੀ ਕੰਪਨੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਸਪੌਟ ਮਾਰਕੀਟ ਤੋਂ ਮਹਿੰਗਾ ਤੇਲ ਖਰੀਦਣਾ ਪੈ ਸਕਦਾ ਹੈ ਇਸਨਾਲ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਮੋੜ ਬਦ ਸਕਦੀਆਂ ਨੇ ਭਾਰਤ ਦੀਆਂ ਸਰਕਾਰੀ ਕੰਪਨੀਆਂ ਭਾਰਤ ਪੈਟਰੋਲੀਅਮ ਕਾਪ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਛੋਟ ਦੀ ਪੇਸ਼ਕਸ਼ ਤੋਂ ਆਕਰਸ਼ਿਤ ਹੋ ਕੇ 6 ਮਹੀਨਿਆਂ ਦੇ ਸਪਲਾਈ ਸੌਦਿਆਂ ਲਈ ਇਸ ਸਾਲ ਦੀ ਸ਼ੁਰੂਆਤ ਵਿੱਚ ਰਸਨੇਫ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਯੂਰਪੀ ਸੰਘ ਦੀ ਸਿਖਰਲੀ ਅਦਾਲਤ ਨੇ ਵੀਰਵਾਰ ਨੂੰ ਫੈਸਲਾ ਸੁਣਾਇਆ ਹੈ ਕਿ ਯੂਰਪੀ ਸੰਘ ਦੇ 27 ਮੈਂਬਰ ਦੇਸ਼ਾਂ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਜਾਂ ਕਿਸੇ ਅਹੁਦੇ ਲਈ ਚੋਣ ਲੜਨ ਦਾ ਉਦੋਂ ਤੱਕ ਅਧਿਕਾਰ ਨਹੀਂ ਜਦੋਂ ਤੱਕ ਕਿ ਉਹਨਾਂ ਨੇ ਯੂਰਪੀ ਨਾਗਰਿਕਤਾ ਹਾਸਲ ਨਹੀਂ ਕੀਤੀ ਹੈ ਇਹ ਫੈਸਲਾ ਬ੍ਰਿਟੇਨ ਦੇ ਉਹਨਾਂ ਨਾਗਰਿਕਾਂ ਦੇ ਅਧਿਕਾਰਾਂ ਦੇ ਸੰਬੰਧ ਵਿੱਚ ਇੱਕ ਮਿਸਾਲ ਕਾਇਮ ਕਰੇਗਾ ਜੋ 2 ਸਾਲ ਪਹਿਲਾਂ ਬ੍ਰਿਟੇਨ ਦੇ ਸਮੂਹ ਤੋਂ ਬਾਹਰ ਨਿਕਲਣ ਦੇ ਬਾਵਜੂਦ ਯੂਰੋਪੀ ਸੰਘ ਦੇ ਦੇਸ਼ਾਂ ਵਿੱਚ ਰਹਿ ਰਹੇ ਨੇ ਯੂਰਪ ਵਿੱਚ ਬ੍ਰਿਟੇਨ ਦੇ 10 ਲੱਖ ਤੋਂ ਵੱਧ ਨਾਗਰਿਕ ਰਹਿ ਰਹੇ ਨੇ ਕਈ ਲੋਕਾਂ ਨੇ ਜਨਵਰੀ 2020 ਵਿੱਚ ਬ੍ਰੈਕਸਿਟ ਦਾ ਵਿਰੋਧ ਕੀਤਾ ਸੀ ਇਹ ਮਾਮਲਾ ਪਹਿਲੀ ਵਾਰ ਫਰਾਂਸ ਵਿੱਚ ਇੱਕ ਬ੍ਰਿਟਿਸ਼ ਔਰਤ ਵੱਲੋਂ ਦਾਇਰ ਕੀਤਾ ਗਿਆ ਸੀ ਜੋ ਉੱਥੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਸੀ ਹਾਲਾਂਕਿ ਬ੍ਰੈਕਸਿਟ ਤੋਂ ਬਾਅਦ ਉਸ ਦਾ ਨਾਮ ਵੋਟਰ ਸੂਚੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਉਹ ਮਾਰਚ 2020 ਵਿੱਚ ਤਾਨਕ ਚੋਣਾ ਵਿੱਚ ਵੋਟ ਨਹੀਂ ਪਾ ਸਕੀ ਸੀ ਉਸਨੇ ਫਰਾਂਸ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਔਰਤ ਦੀ ਪਛਾਣ ਕੇਵਲ ਈਪੀ ਦੇ ਤੌਰ ਤੇ ਕੀਤੀ ਗਈ ਉਸਦੀ ਦਲੀਲ ਸੀ ਕਿ ਉਹ ਯੂਰੋਪੀਅਨ ਯੂਨੀਅਨ ਵਿੱਚ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੀ ਹੈ ਅਤੇ ਇਸ ਦੇ ਨਾਲ ਹੀ ਉਹ ਬ੍ਰਿਟੇਨ ਵਿੱਚ ਵੀ ਇੱਕ ਨਿਯਮਕਾਰਨ ਵੋਟ ਨਹੀਂ ਪਾ ਸਕਤੀ ਸੀ ਤੁਸੀਂ ਧਰਤੀ ਦਾ ਨਕਸ਼ਾ ਤਾਂ ਬਹੁਤ ਵਾਰੀ ਦੇਖਿਆ ਹੋਵੇਗਾ ਪਰ ਕਦੇ ਚੰਨ ਦਾ ਪੂਰਾ ਨਕਸ਼ਾ ਦੇਖਿਆ ਹੈ ਚੀਨ ਦੀ ਸਪੇਸ ਏਜੰਸੀ ਸੀਐਸਐਨਏ ਨੇ ਚੰਨ ਦਾ ਸਭ ਤੋਂ ਵਿਸਤ੍ਰਿਤ ਨਕਸ਼ਾ ਤਿਆਰ ਕੀਤਾ ਹੈ ਇਸ ਨਕਸ਼ੇ ਵਿੱਚ ਚੰਨ ਦੇ ਸਾਰੇ craters ਅਤੇ ਅਕ੍ਰਿਤਿਆ ਨੂੰ ਸ਼ਾਮਲ ਕੀਤਾ ਗਿਆ ਹੈ ਉਹ ਵੀ ਉਹਨਾਂ ਦੀ ਸਹੀ ਲੋਕੇਸ਼ਨ ਦੇ ਨਾਲ ਇਸ ਨਕਸ਼ੇ ਦੀ ਮਦਦ ਨਾਲ ਵਿਗਿਆਨੀ ਭਵਿੱਖ ਵਿੱਚ ਚੰਨ ਦਾ ਬਿਹਤਰ ਢੰਗ ਨਾਲ ਅਧਿਐਨ ਕਰ ਪਾਉਣਗੇ ਚੰਨ ਤੇ ਜਾਣ ਵਾਲੇ ਪੁਲਾੜ ਯਾਤਰੀਆਂ ਰੋਵਰਸ ਅਤੇ ਲੈਂਡਰਸ ਨੂੰ ਗੁਆਂਡੀ ਉਪਗ੍ਰਹਿ ਦੀ ਸਤ੍ਹਾ ਤੇ ਉਤਰਨ ਵਿੱਚ ਵੀ ਮਦਦ ਮਿਲੇਗੀ ਇਸ ਤੋਂ ਅਮਰੀਕਾ ਦੇ ਪੂਰਵ ਵਿਗਿਆਨਕ ਸਰਵੇਖਣ ਦੇ ਐਸਟ੍ਰੋਲੋਜੀ ਸਾਇੰਸ ਸੈਂਟਰ ਨੇ ਸਾਲ 2020 ਵਿੱਚ ਜਾਂਦਾ ਨਕਸ਼ਾ ਬਣਾਇਆ ਸੀ ਉਸ ਸਮੇਂ ਉਸ ਨਕਸ਼ੇ ਨੂੰ ਸਭ ਤੋਂ ਡਿਟੇਲਡ ਮੈਪ ਮੰਨਿਆ ਗਿਆ ਸੀ ਇਸ ਕੰਮ ਵਿੱਚ ਅਮਰੀਕੀ ਸਪੇਸ ਏਜੰਸੀ ਨਾਸਾ ਅਤੇ ਲੂਨਰ ਪਲੈਟਰੀ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਮਦਦ ਕੀਤੀ ਸੀ ਸੁਪਰਸਟਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਮਿਲੀ ਧਮਕੀ ਭਰੀ ਚਿੱਠੀ ਮਾਮਲੇ ਵਿੱਚ ਬੰਬਈ ਪੁਲਿਸ ਨੇ ਅਹਿਮ ਖੁਲਾਸਾ ਕੀਤਾ ਹੈ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀ ਲਾਰੈਂਸ ਵਿਸ਼ਨੋਈ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਇਸ ਨਤੀਜੇ ਤੇ ਪਹੁੰਚੀ ਹੈ ਕਿ ਸਲਮਾਨ ਨੂੰ ਧਮਕੀ ਭਰੀ ਚਿੱਠੀ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਵਿਸ਼ਨੋਈ ਵੱਲੋਂ ਜਾਰੀ ਕੀਤੀ ਗਈ ਸੀ ਹਾਲਾਂਕਿ ਹਾਈ ਪ੍ਰੋਫਾਈਲ ਮਾਮਲੇ ਵਿੱਚ ਪੁਲਿਸ ਦੀ ਜਾਂਚ ਅਜੇ ਜਾਰੀ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਖੁਲਾਸੇ ਹੋ ਸਕਤੇ ਨੇ ਬੰਬਈ ਪੁਲਿਸ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਵਿਸ਼ਨੋਈ ਸੀ ਜਿਸ ਨੇ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰਿਆ ਪੱਤਰ ਜਾਰੀ ਕੀਤਾ ਸੀ ਉਸਦੇ ਗਰੋਹ ਦੇ ਤਿੰਨ ਲੋਕ ਜਲੌਰ ਤੋਂ ਬੰਬਈ ਚਿੱਠੀਆਂ ਸੁਟਣ ਆਏ ਸਨ ਇਸ ਦੌਰਾਨ ਦੋਵੇਂ ਮੁਲਜ਼ਮਾਂ ਦੀ ਮੁਲਾਕਾਤ ਸੌਰਵ ਮਹਾਕਾਲ ਨਾਲ ਹੋਈ ਦੋਸ਼ੀ ਸੌਰਵ ਮਹਾਕਾਲ ਨੇ ਖੁਲਾਸਾ ਕੀਤਾ ਕਿ ਵਿਸ਼ਨੋਈ ਦੇ ਸਹਾਇਕ ਵਿਕਰਮ ਬਰਾੜ ਨੇ ਹੀ ਸਲੀਮ ਖਾਨ ਨੂੰ ਚਿੱਠੀ ਭੇਜੀ ਸੀ ਇਸ ਮਾਮਲੇ ਵਿੱਚ ਬੰਬਈ ਪੁਲਿਸ ਨੇ ਅੱਗੇ ਕਿਹਾ ਕਿ ਸੁਲਮਾਨ ਖਾਨ ਧਮਕੇ ਪੱਤਰ ਮਾਮਲੇ ਵਿੱਚ ਅਪਰਾਧ ਸ਼ਾਖਾ ਨੇ ਪੱਤਰ ਭੇਜਣ ਵਾਲੇ ਲੋਕਾਂ ਦੀ ਪਛਾਣ ਕਰ ਲਈ ਹੈ ਉਹਨਾਂ ਨਾਲ ਜੁੜੇ ਸੂਰਾਗ ਮਿਲ ਗਏ ਨੇ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਇਗਾ ਉਸ ਦੀ ਨਿਸ਼ਾਨਦੇਹੀ ਤੋਂ ਤੁਰੰਤ ਬਾਅਦ 6 ਟੀਮਾਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਗਿਆ ਤਨੂ ਦਾਸ ਨੇ ਕਿ ਸਲਮਾਨ ਖਾਨ ਨੇ ਇਸ ਮਾਮਲੇ ਵਿੱਚ ਆਪਣਾ ਬਿਆਨ ਦਰਜ ਕਰਵਾ ਦਿੱਤਾ ਹੈ ਈ ਟਾਈਮਜ਼ ਦੇ ਰਿਪੋਰਟ ਮੁਤਾਬਕ ਜਦੋਂ ਸਲਮਾਨ ਤੋਂ ਗੈਂਗਸਟਰ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨਾਲ ਕਿਸੇ ਤਰ੍ਹਾਂ ਦੇ ਸਬੰਧਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ ਉਸਨੇ ਦੱਸਿਆ ਕਿ ਮੈਂ ਲਾਰੈਂਸ ਬਿਸ਼ਨੋਈ ਨੂੰ ਸਾਲ 2018 ਤੋਂ ਜਾਣਦਾ ਹਾਂ ਕਿਉਂਕਿ ਉਦੋਂ ਉਸਨੇ ਮੈਨੂੰ ਧਮਕੀ ਦਿੱਤੀ ਸੀ ਹਾਲਾਂਕਿ ਗੋਲਡੀ ਬਰਾੜ ਬਾਰੇ ਸਲਮਾਨ ਖਾਨ ਨੇ ਸਾਫ਼ ਕਿਹਾ ਕਿ ਉਹ ਉਹਨਾਂ ਨੂੰ ਨਹੀਂ ਜਾਣਦੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ ਯੂਐਸਏ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ